हेलो डियर स्टूडेंट्स यू आर वेलकम इन टुडेस सेशन डियर स्टूडेंट्स वी आर डिस्कसिंग असेसमेंट टूल्स एंड टेक्निक्स वी हैव ऑलरेडी डन इन द प्रीवियस लेक्चर असेसमेंट टूल्स रिटन टेस्ट टुडे वी विल डू ओरल टेस्ट हां जी प्यारे बच्चों आज अपन ओरल टेस्ट बारे करते हैं उस दिन अपन कीते से रिटन टेस्ट बारे रिटन टेस्ट तो याद आ गया ना ਲੋਂਗ ਅਨਸਰ ਟਾਈਪ ਸ਼ਾਰਟ ਅਨਸਰ ਟਾਈਪ ਐਂਡ ਆਬਜੈਕਟਿਵ ਟਾਈਪ ਅੱਜ ਆਪਾਂ ਕੀ ਕਰਨਾ ਹੈ ਅੱਜ ਆਪਾਂ ਔਰਲ ਟੈਸਟ ਬਾਰੇ ਕਰਾਂਗੇ ਕਿ ਇਹ ਕਿਸ ਚੀਜ਼ ਨੂੰ ਟੈਸਟ ਕਰਦਾ ਹੈ ਤੇ ਕਿਸ ਤਰ੍ਹਾਂ ਇਹਦੀ ਕੰਡਕਸ਼ਨ ਹੁੰਦੀ ਹੈ ਕਿ ਇਹਦੀਆਂ ਮੈਰਿਟਸ ਨੇ ਕਿ ਡਿਮੈਰਿਟਸ ਨੇ ਇਹ ਦੋ ਸਕਿਲਸ ਲਈ ਯੂਜ਼ ਕੀਤੇ ਜਾਂਦੇ ਨੇ ਖਾਸ ਕਰਕੇ ਲਿਸਨਿੰਗ ਐਂਡ ਸਪੀਕਿੰਗ ਸਕਿਲਸ ਲਿਸਨਿੰਗ ਐਂਡ ਸਪੀਕਿੰਗ ਅਬਿਲਿਟੀਆਂ ਸੁਨੰਦੀ ਸ਼ਮਤਾ ਤੇ ਬੋਲਣ ਦੀ ਲੈਂਗੁਏਜ ਦੇ ਵਿੱਚ ਇਟ ਇਜ਼ ਸਕਿਲ ਸਪੈਸਿਫਿਕ ਐਂਡ ਬ੍ਰੀਫ ਸਕਿਲ ਸਪੈਸਿਫਿਕ ਦਾ ਕੀ ਮਤਲਬ ਹੈ ਟ ਲਿਸਨਿੰਗ ਸਕਿਲ ਡਿਵੈਲਪ ਕਰਦੇ ਸਪੀਕਿੰਗ ਸਕਿਲ ਡਿਵੈਲਪ ਕਰਦੇ ਐਂਡ ਬ੍ਰੀਫ ਸ਼ਾਰਟ ਹੁੰਦੇ ਨੇ ਜਿਆਦਾ ਲੌਂਗ ਨਹੀਂ ਹੁੰਦੇ ਔਰਲ ਟੈਸਟ ਜਿਆਦਾ ਲੌਂਗ ਬੋਰਿੰਗ ਹੋ ਜਾਂਦੇ ਨੇ ਮਿਕਸ ਟੀਚਿੰਗ ਲਰਨਿੰਗ ਇੰਟਰਐਕਟਿਵ ਇਹਦਾ ਸਭ ਤੋਂ ਜਿਆਦਾ ਜਿਹੜਾ ਫਾਇਦਾ ਹੈ ਆਪਾਂ ਕਹਿ ਸਕਦੇ ਹਾਂ ਕਿ ਟੀਚਿੰਗ ਲਰਨਿੰਗ ਨੂੰ ਹੈ ਇੰਟਰਐਕਟਿਵ ਬਣਾਉਂਦੇ ਨੇ ਯਾਨੀ ਕਿ ਇੱਕ ਜਣਾ ਬੋਲਿਆ ਤਾਂ ਦੂਜਾ ਸੁਣੀ ਜਾਂਦੇ ਨਹੀਂ ਇਹਦੇ ਨਾਲ ਜਿਹੜੇ ਔਰਲ ਟੈਸਟਸ ਨੇ ਉਹਦੇ ਨਾਲ ਟੀਚਿੰਗ ਲਰਨਿੰਗ ਇੰਟਰਐਕਟਿਵ ਹੋ ਜਾਂਦੀ ਹੈ ਵੈਸੇ ਤੁਸੀਂ ਸੋਚੋ ਅਗਰ ਤੁਸੀਂ ਕਲਾਸ 'ਚ ਬੱਚੇ ਨੂੰ ਪ੍ਰਸ਼ਨ ਪੁੱਛ ਲੈਣੇ ਆਂ ਕੁਝ ਕਰਵਾਉਂਦੇ ਕਰਵਾਉਂਦੇ ਤਾਂ ਬੱਚਾ ਐਕਟਿਵਲੀ ਆਨਸਰ ਦਿੰਦਾ ਉਹਦਾ ਜਾਂ ਐਕਟਿਵ ਹੁੰਦਾ ਹੈ ਕਿ ਟੀਚਰ ਕਦੋਂ ਵੀ ਕੋਈ ਕੁਐਸਚਨ ਪੁੱਟ ਕਰ ਸਕਦਾ ਹੈ ਤਾਂ ਇਸ ਕਰਕੇ ਔਰਲ ਸਕਿੱਲ ਜਿਹੜੀਆਂ ਹੁੰਦੀਆਂ ਨੇ ਇਹਦੇ ਨਾਲ ਕੀ ਹੈ ਇੰਟਰਐਕਟਿਵ ਸੈਸ਼ਨ ਰਹਿੰਦਾ ਹੈ ਯੂਸਫੁਲ ਇਨ ਲੋਅਰ ਕਲਾਸਿਸ ਸੌਰੀ ਬੇਟਾ ਛੋਟੀਆਂ ਕਲਾਸਾਂ ਤਾਂ ਵਿੱਚ ਤਾਂ ਮਤਲਬ ਯੂਸਫੁਲ ਬਹੁਤ ਜ਼ਿਆਦਾ ਹੁੰਦਾ ਹੈ ਇਹ ਓਰਲ ਟੈਸਟ ਆਪਾਂ ਛੋਟੇ ਬੱਚਿਆਂ ਨੂੰ ਤਾਂ ਓਰਲ ਹੀ ਜ਼ਿਆਦਾ ਪੜਾਉਣੇ ਆ ਵਾਈਵ ਬੋਸੇ ਇਜ਼ ਇਨ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਕੋਰਸਸ ਜੇ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਇਹਨੂੰ ਲਾਭਦਾਇਕ ਕਹਿ ਰਹੇ ਆ ਦੂਸਰੇ ਪਾਸੇ ਜਿਹੜੇ ਵਾਈਵ ਬੋਸੇ ਹੁੰਦਾ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕਲਾਸਸ ਦੇ ਵਿੱਚ ਕੋਰਸਸ ਦੇ ਵਿੱਚ ਉਹ ਵੀ ਇਸੇ ਦੀ ਇੱਕ ਕਿਸਮ ਹੁੰਦੀ ਹੈ ਬੱਚੇ ਦੇ ਡੀਪ ਨੋਲੇਜ ਨੂੰ ਟੈਸਟ ਕਰਨ ਲਈ ਔਰ ਉਸਤੇ ਕੰਫੀਡੈਂਸ ਨੂੰ ਚੈੱਕ ਕਰਨ ਲਈ ਇਹ ਜਿਹੜਾ ਲੀਅਸਨ ਹੈ ਚੂਜ਼ਫੁਲ ਇਨ ਡਿਵੈਲਪਿੰਗ ਸਕਿਲਸ ਆਫ ਅ ਲੈਂਗੁਏਜ ਆਲਰੇਡੀ ਆਪਾਂ ਕਾ ਲਈ ਲਿਸਨਿੰਗ ਐਂਡ ਸਪੀਕਿੰਗ ਸਕਿਲਸ ਡਿਵੈਲਪ ਹੁੰਦੀਆਂ ਨੇ ਹੁਣ ਮੈਰਿਟਸ ਵਸਤਾ ਉੱਪਰਲੇ ਪੁਆਇੰਟਸ ਵੀ ਲਗਭਗ ਮੈਰਿਟਸ ਦੇ ਵਿੱਚ ਹੀ ਆ ਗਏ ਅਪਾਂ ਜੇ ਆਪਾਂ ਫੇਰ ਵੀ ਇਹਨੂੰ ਥੋੜਾ ਜਿਹਾ ਹੋਰ ਇਲੈਬੋਰੇਟ ਕਰਨਾ ਹੋਵੇ effective interactive teaching learning process ਇਹ ਮੈਂ ਕੀ ਦੱਸਣ ਨਾਲ ਲਿਖਿਆ ਸਾਈਡ ਤੇ ਜਾਣ ਬੁਝ ਕੇ ਲਿਖਿਆ ਹਾਈਲਾਈਟ ਕੀਤਾ ਹੈ ਕਿ ਤੁਹਾਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਜਾਏ ਟੀਚਿੰਗ ਨੂੰ ਇਫੈਕਟਿਵ ਬਣਾਉਂਦਾ ਹੈ ਟੀਚਿੰਗ ਨੂੰ ਇੰਟਰਐਕਟਿਵ ਬਣਾਉਂਦਾ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਇਹ ਦੋ ਮੇਨ ਪੁਆਇੰਟਸ ਆ ਗਏ ਅ ਲਾਰਜ ਏਰੀਆ ਕੈਨ ਬੀ ਕਵਰਡ ਇਹਦੇ ਨਾਲ ਜਿਹੜਾ ਹੈਗਾ ਜਿਆਦਾ ਇਹ ਰੀਕਵਰ ਹੋ ਜਾਂਦਾ ਕਿਉਂਕਿ ਛਿਹਰੇ ਕੁਸਚਨ ਹੈ ਔਰ ਇਹ ਬਹੁਤੇ ਡਿਜ਼ਾਈਨ ਨਹੀਂ ਕਰਨੇ ਪੈਂਦੇ ਸਿੱਧੇ ਪੁੱਛ ਜਾ ਸਕਦੇ ਆ ਔਰ ਕਾਫੀ ਏਰੀਆ ਇਹਦਾ ਹੋ ਜਾਂਦਾ ਵੀ ਜਿੱਥੋਂ ਮਰਜ਼ੀ ਪੁੱਛ ਲਓ ਇਜ਼ੀ ਐਂਡ ਕੁਇਕ ਅਸੈਸਮੈਂਟ ਬੜੀ ਤੇਜ਼ੀ ਨਾਲ ਅਸੈਸਮੈਂਟ ਹੋ ਜਾਂਦੀ ਹੈ ਜਿਵੇਂ ਕਲਾਸ ਦਾ ਆਪਾ ਸੁਣ ਲਿਆ ਮੰਨ ਲਓ ਸੋਚ ਲਿਆ ਕਿ 5 ਨੰਬਰ ਦਾ ਟੈਸਟ ਹੈ ਬੱਚੇ ਨੇ 5 ਦੇ 5 ਕੁਸਚਨ ਠੀਕ ਕੀਤੇ ਤਾਂ 5 ਮਾਰਕਸ ਜਲਦੀ ਨਾਲ ਅਸੈਸਮੈਂਟ ਹੋ ਗਈ ਯੂਸਫੁਲ ਇਨ ਈਵੈਲੂਏਟਿੰਗ ਐਂਡ ਡਿਵੈਲਪਿੰਗ ਪਨੰਸੀਏਸ਼ਨ ਸਪੀਡ ਐਕਸਪ੍ਰੈਸ਼ਨ ਐਕੂਰੇਸੀ ਐਟਸੈਟਰਾ ਇਨ ਲੈਂਗੁਏਜ ਲਰਨਿੰਗ ਕਾਫੀ ਸਾਰੇ ਪੁਆਇੰਟਸ ਮੈਂ ਇਹਦੇ ਵਿੱਚ ਲਈ ਆ ਤੁਸੀਂ ਡਿਫਰੈਂਟਲੀ ਅਲੱਗ-ਅਲੱਗ ਵੀ ਲਿਖ ਸਕਦੇ ਹੋ ਉਹਨਾਂ ਨੂੰ ਐਵੈਲਿਊਏਟ ਕਰਨ ਦੇ ਵਾਸਤੇ ਯੂਸਫੁਲ ਹੈ ਐਂਡ ਡਿਵੈਲਪ ਪ੍ਰੋਨੰਸੀਏਸ਼ਨ ਵਾਸਤੇ ਯੂਸਫੁਲ ਹੈ ਸਪੀਡ ਬੋਲਣ ਦੀ ਸਪੀਡ ਕੀ ਹੈ ਜਲਦੀ ਨਾਲ ਤੁਸੀਂ ਸਮਝਦੇ ਹੋ ਕੋਈ ਗੱਲ ਜਲਦੀ ਨਾਲ ਕਹਿ ਸਕਦੇ ਹੋ ਐਕਸਪ੍ਰੈਸ਼ਨ ਦੀ ਕੀ ਤੁਸੀਂ ਬੋਲ ਸਕਦੇ ਹੋ ਜਲਦੀ ਨਾਲ ਕੋਈ ਗੱਲ ਐਕੂਰੇਸੀ ਕਿਉਂਕਿ ਇਹ ਹੁੰਦਾ ਕਿ ਜੱਬਤ ਤੋਂ ਵੱਧ ਠੀਕ ਬੋਲਿਆ ਜਾਵੇ ਠੀਕ ਸੁਣਿਆ ਜਾਵੇ ਜੇ ਸਿੱਖ ਸੁਣੋਗੇ ਠੀਕ ਆਨਸਰ ਦਿਓਗੇ ਤੇ ਇਸ ਰਨਿੰਗ ਲੈਂਗੁਏਜ ਦੇ ਵਿੱਚ ਜਿਹੜੀਆਂ ਇਹ ਅਬਿਲਿਟੀਆਂ ਹੈ ਵਿਕਸਿਤ ਕਰਦੀ ਹੈ ਪ੍ਰੈਕਟੀਕਲ ਨੌਲੇਜ ਐਂਡ ਡਿਵੈਲਪਸ ਕੰਫੀਡੈਂਸ ਪਹਿਲੇ ਤੁਹਾਨੂੰ ਕੰਫੀਡੈਂਸ ਦੀ ਗੱਲ ਕੀਤੀ ਸੀ ਕੰਫੀਡੈਂਸ ਨਾਲ ਹੀ ਬੱਚਾ ਬੋਲ ਕੇ ਅਨਸਰ ਦੇ ਸਕਦਾ ਹੈ ਔਰ ਪ੍ਰੈਕਟੀਕਲ ਨੌਲੇਜ ਮਤਲਬ ਰਿਟਰਨ ਦੇ ਬਲੇ ਨੌਲੇਜ ਨਹੀਂ ਹੈਗੇ ਅੱਜ ਡਾਇਰੈਕਟ ਨੌਲੇਜ ਮਿਲਦੀ ਹੈ ਤਾਂ ਇਹ ਆਪਣਾ ਜਿਹੜਾ ਸਟਾਰਟ ਹੋ ਗਿਆ ਔਰਲ ਟੈਸਟ ਤੇ ਇਹਦੀਆਂ ਮੈਰਿਟਸ ਹੁਣ ਆਪਾਂ ਇਹਦੇ ਡਰਾਬੈਕਸ ਹਰ ਚੀਜ਼ ਦੇ ਡਰਾਬੈਕਸ ਵੀ ਹੈ ਬੇਟਾ ਕਮੀਆਂ ਡਰਾਬੈਕਸ ਮੈਂ ਸਾਈਡ ਤੇ ਲਿਖਿਆ ਮੈਂ no definite criterion for evaluation ਕੋਈ ਡਿਫੀਨੇਟਡ ਕ੍ਰਾਈਟੇਰੀਆ ਨਹੀਂ ਹੈਗਾ ਕਿ ਕਿਵੇਂ ਵੈਲਿਊਏਟ ਕਰੀਏ ਕਿਸ ਤਰ੍ਹਾਂ ਦੇ ਕੁਐਸਚਨਸ ਡਿਜ਼ਾਈਨ ਕਰੀਏ ਕਿੰਨੇ ਟਾਈਮ ਦਾਸਤੇ ਡਿਜ਼ਾਈਨ ਕਰੀਏ ਡਿਫਿਕਲਟ ਟੂ ਟੈਸਟ ਦ ਟੋਟਲ ਲਰਨਿੰਗ ਏਰੀਆਸ ਪੂਰਾ ਮਤਲਬ ਹੋਲ ਜਾਂ 올 ਰੌਂਡ ਡਿਵੈਲਪਮੈਂਟ ਦਾ ਨਹੀਂ ਪਤਾ ਲੱਗ ਸਕਦਾ ਸਾਰੇ ਏਰੀਆਸ ਨੂੰ ਕਵਰ ਨਹੀਂ ਕੀਤਾ ਜਾ ਸਕਦਾ ਇੱਕ ਪਾਸੇ ਉਹਨਾਂ ਆਪਾਂ ਕੰਟਰੋਵਰਸਲ ਪੁਆਇੰਟ ਹੋ ਜਾਂਦਾ ਕਿ ਆਪਾਂ ਮੈਰਿਟਸ ਦੇ ਵਿੱਚ ਕੀਤਾ ਸੀ ਲਾਰਜ ਕੰਟੈਂਟ ਲੈ ਸਕਦੇ ਆ ਇੱਥੇ ਕਹਿ ਰਹੇ ਕਿ ਡਿਫਿਕਲਟੀ ਇਸ ਦਾ ਟੋਟਲ ਲਰਨਿੰਗ ਏਰੀਆਜ਼ ਹਾਂਜੀ ਬੇਟਾ ਡਿਫਰੈਂਸ ਹੈ ਥੋੜਾ ਜਿਹਾ ਲਾਰਜ ਕੰਟੈਂਟ ਮੰਨ ਲਓ ਤੁਸੀਂ ਇੱਕ ਬੁੱਕ ਲੈ ਲਈ ਕੋਈ ਵੀ ਉਹਦੇ ਵਿੱਚੋਂ ਕਿਤੋਂ ਮਰਜ਼ੀ ਹੋਰਲੀ ਕੁਸਚਨ ਪੁੱਛਿਆ ਜਾ ਸਕਦੇ ਪਰ ਬੱਚੇ ਦੇ ਹਰ ਐਸਪੈਕਟ ਤੋਂ ਈਵੈਲਿਊਏਟ ਕਰਨਾ ਸੰਭਵ ਨਹੀਂ ਇਹਦਾ ਮਤਲਬ ਇਹ ਹੈ difficult to frame questions problem of repetition questions kinne ko frame kar lega teacher is tarah de puchne wale kyunki bachche nu zyada difficult bhi nahi puche ja sakde subjective in nature teacher te depend karda hai biased ho janda hai subjective matlab pakshpati ho sakta hai kyunki teacher da apna nazariya oh badkat marks bhi de sakda hai bachche nu ignores writing skills coherence of ideas handwriting etc ਆਈਡੀਆਜ਼ ਦੀ ਕੋਹਰੈਂਸ ਤੇ ਐਂਡ ਰਾਈਟਿੰਗ ਵਗੈਰਾ ਨੂੰ ਇਗਨੋਰ ਕਰਦਾ ਟਾਈਮ ਕੰਜ਼ਮ ਬਹੁਤ ਟਾਈਮ ਲੱਗਦਾ ਹੈ ਨਾਟ ਈਜ਼ੀ ਟੂ ਐਡਮਿਨਿਸਟਰ ਸਪੈਸ਼ਲੀ ਇਫ ਕਲਾਸ ਸਾਈਜ਼ ਇਜ਼ ਲਾਰਜ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਕਲਾਸ ਦਾ ਸਾਈਜ਼ ਕਈ ਵਾਰ 50 ਟੂ 100 ਸਟੂਡੈਂਟਸ ਤੱਕ ਚਲਾ ਜਾਂਦਾ ਹੈ ਇੰਨੇ ਬੱਚਿਆਂ ਦਾ ਓਰਲ ਟੈਸਟ ਕਿਵੇਂ ਲਿਆ ਜਾਏਗਾ ਓਕੇ ਆਪਾਂ ਵਨ ਬਾਈ ਵਨ ਇੱਕ ਇੱਕ ਬੱਚਾ ਕਰਕੇ ਟੈਸਟ ਲੈਣਾ ਤਾਂ ਸੋਚੋ ਵੀ ਕਿੰਨਾ ਟਾਈਮ ਚਾਹੀਦਾ ਰਿਟਨ ਟੈਸਟ ਦਾ 100 ਦੇ 100 ਦਾ ਇਵਨ ਕਿ 1000 ਜਿੰਨੇ ਵੀ ਸਟੂਡੈਂਟਸ ਨੇ ਇੱਕੋ ਦਿਨ ਚ ਹੋ ਜਾਏਗਾ पर ओरल टेस्ट पॉसिबल ਇਨੀ ਤਾਂ ਇਹ ਚੀਜ਼ ਇਹਦੀ ਐਡਮਿਨਿਸਟਰੇਟ ਔਖੀ ਹੈ ਕੁਐਸਚਨ ਫਰੇਮਿੰਗ ਔਖੀ ਹੈ ਕੰਪੀਟੈਂਟ ਪ੍ਰੋਫੈਸ਼ਨਲ ਚਾਹੀਦੇ ਨੇ ਫਿਰ ਵੀ ਅਗਰ ਟੀਚਰ ਟਰਾਈ ਵੀ ਕਰਦੇ ਤਾਂ ਵੀ ਬਹੁਤ ਸਾਰੀਆਂ ਦਿੱਕਤਾਂ ਆਈਆਂ ਹੈਗੀਆਂ ਇਸੇ ਕਰਕੇ ਕੱਲੇ ਔਰਲ ਟੈਸਟਸ ਤੇ ਆਪਾਂ ਡਿਪੈਂਡ ਨਹੀਂ ਰਹਿ ਸਕਦੇ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੀ ਆਪਾਂ ਗੱਲ ਕੀਤੀ ਸੀ ਲਿਸਨਿੰਗ ਐਂਡ ਸਪੀਕਿੰਗ ਤਾਂ ਲਿਸਨਿੰਗ ਦੇ ਵਿੱਚ ਆਪਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕੁਐਸਚਨਸ ਕਿਸ ਤਰ੍ਹਾਂ ਦਾ ਫਰੇਮ ਕਰ ਸਕਦੇ ਹਾਂ ਲਿਸਨਿੰਗ ਦੇ ਵਿੱਚ ਹੁੰਦਾ ਕੀ ਹੈ ਜੋ ਗੱਲ ਟੀਚਰ ਨੇ ਕਹੀ ਹੈ ਕਿ ਬੱਚਾ ਅੰਡਰਸਟੈਂਡ ਕਰ ਦੇ ਦ ਸਟੇਟਮੈਂਟ ਐਨੀ ਸਟੇਟਮੈਂਟ ਐਨੀ ਸਟੋਰੀ ਐਨੀ ਇਵੈਂਟ ਸਟੇਟਡ ਬਾਈ ਦ ਟੀਚਰ ਵੈਦਰ ਦ ਸਟੂਡੈਂਟ ਅੰਡਰਸਟੈਂਡਸ অর ਨਾਟ ਇਫ ਹੀ ਅੰਡਰਸਟੈਂਡਸ ਦੈਨ ਇਟ ਇਜ਼ ਹਿਸ ਲਿਸਨਿੰਗ ਸਕਿੱਲ ਇਫ ਹੀ ਡਸਨਟ ਅੰਡਰਸਟੈਂਡ ਟੀਚਰ ਸਪੋਕਨ ਲੈਂਗੁਏਜ ਦੈਨ ਹੀ ਇਜ਼ ਨਾਟ ਗੁੱਡ ਐਟ ਲਿਸਨਿੰਗ ਤਾਂ ਹਾਊ ਕੈਨ ਅ ਟੀਚਰ ਟੈਸਟ ਥਿਸ ਅਬਿਲਿਟੀ ਇਸ ਅਬਿਲਿਟੀ ਨੂੰ ਟੈਸਟ ਕਿਵੇਂ ਕਰੇ ਬੜੀ ਈਜ਼ੀ ਪੁਆਇੰਟਸ ਨੇ ਬੇਟਾ ਇਜ਼ੀ ਇਜ਼ੀ ਲਈ ਹੈ ਮੈਂ ਤੁਹਾਡੇ ਲਈ ਸਟੋਰੀ ਕੰਪਰੀਹੈਂਸ਼ਨ ਕਈ ਵਾਰ ਆਪਾਂ ਸਟੋਰੀ ਕੰਪਰੀਹੈਂਸ਼ਨ ਪੁਆਇੰਟ ਲਿਖਿਆ ਦੇਖ ਕੇ ਹੀ ਉਲਝ ਜਾਂਦੇ ਆ ਕਿ ਇਹ ਸਟੋਰੀ ਕੰਪਰੀਹੈਂਸ਼ਨ ਕੀ ਹੈ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੰਪਰੀਹੈਂਸ਼ਨ ਮੈਂ ਇੱਕ ਦੱਸਿਆ ਵੀ ਸਿੱਖਾਂ ਦੇ ਤੁਹਾਨੂੰ ਕੰਪਰੀਹੈਂਸ਼ਨ ਮੀਨਸ ਕਿ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਕੇ ਐਕਸਪਲੇਨ ਕਰਨ ਦੇ ਯੋਗ ਵੀ ਹੋ ਸਕਣਾ ਦੱਸ ਵੀ ਸਕਣਾ ਟੀਚਰ ਨੇ ਸਟੋਰੀ ਸੁਣਾਈ ਬੱਚੇ ਨੇ ਸੁਣੀ ਟੀਚਰ ਨੇ ਕੁਐਸਚਨਸ ਪੁੱਟ ਕੀਤੇ ਤੇ ਬੱਚਾ ਉਹਨਾਂ ਦੇ ਆਨਸਰਸ ਦੇ ਸਕੇ ਥਿਸ ਇਜ਼ ਦਾ ਸਟੋਰੀ ਕੰਪਰੀਹੈਂਸ਼ਨ ਬੜਾ ਵੈਰੀ ਇਜ਼ੀ ਟਰਮ ਹੈ ਕਹਾਣੀ ਸੁਣਾ ਕੇ ਵੈਸੇ ਵੀ ਇੰਟਰਸਟਿੰਗ ਹੋ ਜਾਂਦਾ ਪਰ ਉਸ ਤੋਂ ਬਾਅਦ ਜੋ ਟੀਚਰ ਕੁਐਸਚਨ ਪੁੱਛੇਗਾ ਉਹਨਾਂ ਦੇ ਆਨਸਰ ਅਗਰ ਬੱਚਿਆਂ ਨੂੰ ਆਉਂਦੇ ਹੈ ਤਾਂ ਤਸਫਲ ਲਿਸਨਿੰਗ ਅਗਰ ਨਹੀਂ ਆਉਂਦੇ ਤਾਂ ਜੇ ਕੋਈ ਕਮੀ ਹੈ ਪਿਕਚਰ ਕੰਪਰੀਹੈਂਸ਼ਨ ਸੇਮ ਹੈ ਪਿਕਚਰ ਦਿਖਾਏਗਾ ਟੀਚਰ ਬੱਚਿਆਂ ਨੂੰ ਕਵੈਸਚਨਸ ਆਸ ਕਰੇਗਾ ਕਿ ਇਸ ਪਿਕਚਰ ਚ ਇਹ ਚੀਜ਼ਾਂ ਕੀ ਕੀ ਦੇਖਿਆ ਤੁਸੀਂ ਵਰਡ ਪਰਨੰਸੀਏਸ਼ਨ ਵਰਡਸ ਦੇ ਅਲਗ-ਅਲਗ ਲੈ ਲੈਗਾ ਪਰਨੰਸੀਏਸ਼ਨ ਵਾਸਤੇ ਜਿਵੇਂ ਕੋਈ ਵੀ ਚੀਜ਼ ਅਪਸਿਟ ਸੈਟ ਰੈਟ ਮਤਲਬ ਦੋ ਕਾਲਮ ਬਣਾ ਲੈ ਇੱਕ ਚ ਇੱਕ ਤਰ੍ਹਾਂ ਦੇ ਪਰਨੰਸੀਏਸ਼ਨ ਵਾਲੇ ਇੱਕ ਚ ਦੂਸਰੇ ਤਰ੍ਹਾਂ ਦੇ ਪਰਨੰਸੀਏਸ਼ਨ ਵਾਲੇ ਵਰਡਸ ਲਿਖਤੇ ਆ ਟੀਚਰ ਬੋਲੇਗਾ ਉਹਨਾਂ ਨੂੰ ਦੱਸ ਦੇਗਾ ਵੀ ਏ ਬੀ ਗਰੁੱਪ ਨੇ ਜਾਂ 1 ਫਸਟ ਐਂਡ ਸੈਕੰਡ ਕਾਲਮ ਆ ਕੋਈ ਵੀ ਵਰਡ ਬੋਲੇਗਾ ਬੱਚਨ ਪੁੱਛੇਗਾ ਕਿ ਕਿਸ ਕਾਲਮ ਨਾਲ ਰਿਲੇਟਡ ਹੈ மிசிங் 버ட்ஸ் టీచర్ ਕੋਈ ਵੀ ਪੈਰਾਗ੍ਰਾਫ ਲੈ ਸਕਦਾ ਹੈ ਪਾਸੇ ਲੈ ਸਕਦਾ ਹੈ ਕੁਝ ਵੀ ਲੈ ਸਕਦਾ ਹੈ ਦੋ ਚਾਰ ਸੈਂਟੈਂਸ ਲੈ ਸਕਦਾ ਹੈ ਵਿੱਚ ਕੁਝ ਸ਼ਬਦ ਛੱਡ ਦੇਗਾ ਅ ਸਟੂਡੈਂਟਸ ਨੂੰ ਗੋਗਾ ਕਿ ਫਿਲ ਅਪ ਕਰੋ ਅਗਰ ਸਟੂਡੈਂਟਸ ਨੇ ਧੰਗ ਨਾਲ ਸੁਣਿਆ ਤਾਂ ਫਿਲ ਕਰ ਦੇਣਗੇ ਗਿਵਿੰਗ ਕਮਾਂਡਸ ਤੇਜੇ ਛੋਟੇ ਛੋਟੇ ਕਮਾਂਡਸ ਬੱਚਿਆਂ ਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਦੇ ਸਕਦਾ ਹੈ ਤਾਂ ਕਿ ਬੱਚੇ ਉਸ ਨੂੰ ਲਿਸਨ ਕਰਕੇ ਉਹਨਾਂ ਦੀ ਲਿਸਨਿੰਗ ਕੈਪੈਸਿਟੀ ਅਬਿਲਿਟੀ ਸਕਿੱਲ ਡਿਵੈਲਪ ਹੋ ਜਾਏ ਤਾਂ ਉਹਨਾਂ ਕਮਾਂਡਸ ਨੂੰ ਉਹ ਉਸੀ ਤਰ੍ਹਾਂ ਯੂਜ਼ ਕਰ ਸਕਣ ਕਮਾਂਡ ਸਿੰਪਲ ਇਸ ਇ ਡਾਊਨ ਸਟੈਂਡ ਅਪ ਐਟ ਸੇਟਰਾ ਮਤਲਬ ਕੋਈ ਵੀ ਐਕਸ਼ਨ ਕਰਨ ਦੇ ਕਾਬਿਲ ਬੱਚੇ ਹੋ ਜਾਂਦੇ ਨੇ ਤੇ ਇਹ ਹਨ ਮੈਥਡ ਕੁਝ ਕੁ ਲੈਨੇ ਆਪਾਂ ਕਿ ਇੰਨਾ ਟੰਗਾ ਦੇ ਨਾਲ ਅਸੀਂ ਲਿਸਨਿੰਗ ਕੋਈ ਵੀ ਐਂ ਤਾਂ ਆਡੀਓ ਕਲਿੱਪ ਸੁਣਾ ਸਕਦੇ ਟੀਚਰ ਕੋਈ ਵੀਡੀਓ ਦਿਖਾ ਸਕਦੇ ਉਹਦੇ ਵਿੱਚ ਸੁਣ ਕੇ ਕੁਐਸਚਨ ਦਾ ਆਨਸਰ ਦੇਣਾ ਬੱਚੇ ਨੇ ਕੋਈ ਪੈਰਾਗ੍ਰਾਫ ਵੈਸੇ ਸੁਣਾ ਸਕਦੇ ਕੋਈ ਕਨਵਰਸੇਸ਼ਨ ਲੈ ਸਕਦੇ ਬਹੁਤ ਸਾਰਾ ਢੰਗ ਨੇ ਬੱਚਿਆਂ ਦੇ ਲਿਸਨਿੰਗ ਸਕਿੱਲ ਨੂੰ ਡਿਵੈਲਪ ਕਰਨ ਅਤੇ ਟੈਸਟ ਕਰਨ ਦੇ ਮੇਨਲੀ ਆਪਾਂ ਇੱਥੇ ਟੈਸਟਿੰਗ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਸਪੀਕਿੰਗ ਟੈਸਟ ਸਪੀਕਿੰਗ ਚ ਕੀ ਹੋਏਗਾ ਬਟਾ ਬੱਚਾ ਬੋਲੇਗਾ ਟੀਚਰ ਗਿਵਸ ਦਾ ਮੈਨੀ ਟਾਸਕ ਐਂਡ ਸਟੂਡੈਂਟ ਸਟੂਡੈਂਟ ਸਪੀਕਸ ਔਨ ðiਸ ਟਾਸਕ ਐਂਡ ਇਵੈਂਟ ਕੁਝ ਵੀ ਦੇ ਸਕਦਾ ਟੀਚਰ ਉਹਨੂੰ ਤੇ ਜੇ ਉਹ ਬੋਲਣ ਦੇ ਵਿੱਚ ਕਾਮਯਾਬ ਹੁੰਦਾ ਥੈਨ ਹੀ ਹੈਜ਼ ਅਟੇਂਡ at that level speaking skill ਇਹਦੇ ਵਿੱਚ ਵਰਡ ਰਿਕੋਗਨੀਸ਼ਨ ਚਾਹੀਦੀ ਹੈ ਕਿ ਬੱਚੇ ਨੂੰ ਵਰਡ ਰਿਕੋਗਨਾਈਜ਼ ਕਰਨਾ ਆਂਦਾ ਹੈ ਜੇ ਵਰਡਸ ਦੀ ਪਛਾਣ ਨਹੀਂ ਹੋਏਗੀ ਤਾਂ ਸਿੱਖ ਬੋਲ ਹੀ ਨਹੀਂ ਸਕੇਗਾ ਉਹ ਕੰਪਰੀਹੈਂਸ਼ਨ ਆਂਦੀ ਹੈ ਉਹਨੂੰ ਇੰਟਰਪ੍ਰੀਟ ਕਰਨਾ ਆਂਦਾ ਹੈ ਕੌਨਫੀਡੈਂਸ ਵਗੈਰਾ ਇਹ ਸਾਰੀਆਂ ਗੱਲਾਂ ਸਪੀਕਿੰਗ ਟੈਸਟ ਦੇ ਵਿੱਚ ਆਉਣਗੀਆਂ ਬੇਟਾ ਕਿਹੜੇ ਕਿਹੜੇ ਵੇਸ ਨਾਲ ਕਰ ਸਕਦੇ ਕਾਫੀ ਹੱਦ ਤੱਕ ਉਵੇਂ ਹੀ ਹੈ ਲਿਸਨਿੰਗ ਵਾਲਾ ਵੇ ਹੀ ਹੈ ਸਪੀਕਿੰਗ ਦੇ ਵਿੱਚ ਟੀਚਰ ਕੋਈ ਕਨਵਰਸੇਸ਼ਨ ਅਰੇਂਜ ਕਰ ਸਕਦਾ ਹੈ ਆਪਣੇ ਦੋਨਾਂ ਦੇ ਟੀਚਰ ਤੇ ਟਾਟ ਦੀ ਵੀ ਹੋ ਸਕਦੀ ਹੈ ਦੋ ਸਟੂਡੈਂਟਸ ਦੀ ਵੀ ਹੋ ਸਕਦੀ ਹੈ ਪਰ ਹੋਣਾ ਮੈਂਟਰਲ ਲੈਵਲ ਬੱਚਿਆਂ ਦੇ ਅਕੋਰਡਿੰਗ ਚਾਹੀਦਾ ਟੀਚਰ ਬੱਚੇ ਨਾਲ ਕੋਈ ਗੱਲਬਾਤ ਸ਼ੁਰੂ ਕਰ ਸਕਦਾ ਹੈ ਦੋ ਬੱਚਿਆਂ ਨੂੰ ਖੜਾ ਕਰ ਸਕਦਾ ਹੈ ਕਿ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰੋ ਡਿਬੇਟ ਕਰਵਾ ਸਕਦਾ ਹੈ ਡਿਕਲੇਮੇਸ਼ਨ ਕਰਵਾ ਸਕਦਾ ਹੈ ਕੋਈ ਟਾਪਿਕ ਦੇ ਸਕਦਾ ਹਨ ਦੋ ਤਿੰਨ ਮਿੰਟ ਲਈ ਬੱਚੇ ਨੇ ਆਪਸ ਵਿੱਚ ਡਿਸਕਸ ਕਰਨੇ ਡਿਬੇਟ ਕਰਨੇ ਐਕਸਟੈਂਪੋਰ ਸਪੀਚ ਇਹ ਕੋਈ ਟਾਪਿਕ ਸਮੇਂ ਤੇ ਉਸੇ ਸਮੇਂ ਦੇ ਕੇ ਬਟਾ ਇਹਦੇ ਬਾਰੇ ਬੋਲੋ 1-2 ਮਿੰਟ ਕ੍ਰੀਏਟਿੰਗ ਸਿਚੁਏਸ਼ਨ ਕੋਈ ਸਿਚੁਏਸ਼ਨ ਕ੍ਰੀਏਟ ਕਰ ਸਕਦੇ ਕੋਈ ਪਿਕਚਰ ਦਿਖਾ ਕੇ ਚਾਰਟ ਦਿਖਾ ਕੇ ਕੋਈ ਆਡੀਓ ਵਗੈਰਾ ਸੁਣਾ ਕੇ ਕੋਈ ਵੀਡੀਓ ਦਿਖਾ ਕੇ ਕਿਸੇ ਵੀ ਤਰੀਕੇ ਨਾਲ ਟੀਚਰ ਇੱਕ ਸਿਚੁਏਸ਼ਨ ਨੇ ਕ੍ਰੀਏਟ ਕਰਕੇ ਬੱਚਿਆਂ ਨੂੰ ਕਹਿ ਸਕਦਾ ਹੈ ਕਿ ਇਸ ਸਿਚੁਏਸ਼ਨ ਤੇ 1-2 ਮਿੰਟ ਦੀ ਇੰਗਲਿਸ਼ ਵਿੱਚ ਬੋਲੋ ਤਾਂ ਇਸ ਤੋਂ ਇਸ ਦੀ ਸਪੀਕਿੰਗ ਅਬਿਲਿਟੀ ਦਾ ਟੈਸਟ ਹੋ ਜਾਂਦਾ ਹੈ ਪਰ ਇਹਨਾਂ ਟੈਸਟਸ ਦਾ ਤੁਹਾਨੂੰ ਮੈਂ ਦੱਸਿਆ ਡਰਾਵੈਕਸ ਤੇ ਮੈਰਿਟਸ ਦੋਨਾਂ ਦੀਆਂ ਸੇਮ ਰਹਿਣਗੀਆਂ ਸਪੀਕਿੰਗ ਦੇ ਵਿੱਚ ਵੀ ਉਹੀ ਪ੍ਰੋਬਲਮਸ ਨੇ ਡਿਜ਼ਾਈਨ ਕਰਨਾ ਵੱਡੀ ਕਲਾਸ ਨੂੰ ਮੈਨੇਜ ਕਰਨਾ ਕਿਸ ਤਰ੍ਹਾਂ ਦੇ ਟਾਪਿਕਸ ਦਿੱਤੇ ਹਨ ਉਹਨਾਂ ਦਾ ਮੈਂਟਲ ਲੈਵਲ ਕੀ ਹੈ ਕਿ ਉਹ ਬੋਲ ਪਾਉਣਗੇ ਕਿ ਨਹੀਂ ਬੱਚਿਆਂ ਦੀ ਸ਼ਾਇਨੈਸ ਨੂੰ ਉਹ ਹੈਜ਼ਿਟੇਸ਼ਨ ਨੂੰ ਦੂਰ ਕਰਨਾ ਕੌਨਫੀਡੈਂਸ ਬਿਲਡ ਕਰਨਾ ਉਹਨਾਂ ਦਾ ਸਥਿਤੀਆਂ ਅਲੱਗ-ਅਲੱਗ ਕ੍ਰੀਏਟ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਬਲਮੈਟਿਕ ਨੇ ਪਰ ਸਾਰੇ ਤਰ੍ਹਾਂ ਦੇ ਟੈਸਟ ਜ਼ਰੂਰੀ ਨੇ ਅਗਰ ਅਸੀਂ ਬੱਚੇ ਦੀ 올 ਰਾਉਂਡ ਡਿਵੈਲਪਮੈਂਟ ਚਾਉਣੀ ਆ ਤਾਂ ਰਿਟਨ ਟੈਸਟ ਵੀ ਔਰਲ ਟੈਸਟ ਵੀ ਦੋਨੋਂ ਹੀ ਜ਼ਰੂਰੀ ਨੇ ਤਾਂ ਅੱਜ ਆਪਾਂ ਜਿਹੜਾ ਦੂਸਰਾ ਇਹਦਾ ਪਾਰਟ ਹੈ ਉਹ ਕੀਤੇ ਔਰਲ ਟੈਸਟਸ ਬਾਰੇ ਤਾਂ ਔਰਲ ਟੈਸਟ ਇਸ ਆਫ ਟੂ ਟਾਈਪਸ ਕਹਿ ਸਕਦੇ ਆ ਟੂ ਟੈਸਟ ਟੂ ਟਾਈਪਸ ਲਿਸਨਿੰਗ ਐਂਡ ਸਪੀਕਿੰਗ ਸਕਿਲ ਇਹ ਆਪਾਂ ਮੇਨ ਮੇਨ ਜਿਹੇ ਪੁਆਇੰਟ ਲਈਆ ਬੇਟਾ ਮੇਰੀ ਕਲਸ ਤੁਹਾਨੂੰ ਕਾਫੀ ਕਲੀਅਰ ਹੋ ਗਿਆ ਹੋਣਾ ਆਪਾਂ ਕੀ ਕਰ ਰਹੇ ਆ ਅਸੈਸਮੈਂਟ ਟੂਲਸ ਐਂਡ ਟੈਕਨਿਕਸ ਫਸਟ ਡੇ ਆਪਾਂ ਰਿਟੈਂਡਰਸ ਕੀਤੇ ਨੇ ਹੁਣ ਆਪਾਂ ਔਰਲ ਟੈਸਟ ਠੀਕ ਹੈ ਬੇਟਾ ਫਿਰ ਮਿਲਾਂਗੇ ਥੈਂਕ ਯੂ